ਸ਼ਿਵ ਰਾਮਦਾਸ ਮਹਾਰਾਜ ਮੇਰੀ ਪੀਰੀ ਦੇ ਨਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਔਰ ਬਹੁਤ ਵੱਡੀ ਅਪਾਰ ਕਿਰਪਾ ਹੋਈ ਹੈ ਸਾਡੇ ਸਾਰੇ ਮੈਂਬਰਾਂ ਅਤੇ ਮੈਂ ਬਹੁਤ ਧੰਨਵਾਦੀ ਹਾਂ ਔਰ ਜਿਹਨਾਂ ਨੇ ਸਰਬਸੰਮਤੀ ਨਾਲ ਦਾਸ ਨੂੰ ਤੀਜੀ ਵਾਰ ਜਿਹੜਾ ਸਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਔਰ ਮੁੱਖ ਸੇਵਾਦਾਰ ਹੋਣ ਦਾ ਮੈਨੂੰ ਮਾਣ ਬਖਸ਼ਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦਾ ਵੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਮੁੱਚੇ ਸਾਰੇ ਕੌਮ ਨੇ ਜਿਨ੍ਹਾਂ ਨੇ ਮੇਰੇ ਮੇਰੇ ਬਹੁਤ ਵੱਡਾ ਵਿਸ਼ਵਾਸ ਜਿਹੜਾ ਪ੍ਰਗਟ ਕੀਤਾ ਅੱਜ ਮੈਂ ਸਮਝਦਾ ਕਿ ਕਿਰਪਾ ਦੇ ਨਾਲ ਇਹ ਜਿਹੜਾ ਮੌਕਾ ਮੈਨੂੰ ਮਿਲਿਆ ਫਿਰ ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾ ਕਰਨ ਦਾ ਗੁਰੂ ਮਹਾਰਾਜ ਅੱਗੇ ਅਰਦਾਸ ਹੈ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਅੱਗੇ ਕਿ ਕਿਰਪਾ ਕਰਕੇ ਮੇਰੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਔਰ ਇਹ ਸੇਵਾ ਜਿਹੜੀ ਹੈ ਆਪਣੇ ਆਪ ਰਹਿਣ ਕਿਉਂਕਿ ਆਹ ਸਾਲ ਜਿਹੜਾ ਆ ਰਿਹਾ ਉਹਦੇ ਵਿੱਚ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੀ ਸ਼ਤਾਬਦੀ ਆ ਰਹੀ ਹੈ 100 ਸਾਲ ਪੂਰੇ ਹੋ ਜਾਣ ਜਾ ਰਹੇ ਨੇ ਸੋ ਉਹ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡੀ ਪੱਧਰ 'ਤੇ ਬੜੀ ਧੂਮਧਾਮ ਦੇ ਨਾਲ ਔਰ ਜਿਹੜਾ ਉਹ ਮਨਾਇਆ ਜਾਣਾ ਉਹਦੀਆਂ ਤਿਆਰੀਆਂ ਵੀ ਜਿਹੜੀਆਂ ਆਰੰਭ ਕਰ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਸਾਰਾ ਇਤਿਹਾਸ ਜਿਹੜਾ ਪਿਛਲਾ ਸਾਰਾ ਉਹ ਵੀ ਦੁਬਾਰੇ ਸਾਰੀ ਸੰਗਤਾਂ ਦੇ ਅੱਗੇ ਪੇਸ਼ ਕੀਤਾ ਜਾਵੇਗਾ ਕਿ ਇਹ ਸਿੱਖਾਂ ਦੀ ਜਿਹੜੀ ਸੰਸਥਾ ਹੈ ਹੁਣ ਤੱਕ ਇਸ ਸੰਸਥਾ ਨੇ ਕੀ ਕਾਰਜ ਕੀਤੇ ਨੇ ਔਰ ਕਿਸ ਤਰ੍ਹਾਂ ਦੇ ਕੰਮ ਜੋ ਸੰਘਰਸ਼ ਹੋਏ ਨੇ ਸਾਰਾ ਕਾਰਜ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਲਿਖਤੀ ਰੂਪ ਦੇ ਵਿੱਚ ਲੋਕਾਂ ਅੱਗੇ ਪੇਸ਼ ਕੀਤਾ ਜਾਵੇਗਾ ਖਾਸ ਤੌਰ 'ਤੇ ਵਿੱਦਿਆ ਦਾ ਮਿਆਰ ਉੱਚ ਚੁੱਕਣ ਵਾਸਤੇ ਅਸੀਂ ਵਿਸ਼ੇਸ਼ ਜਿਹੜਾ ਹੈ ਇਸ ਸਾਲ ਧਿਆਨ ਦੇਵਾਂਗੇ ਪ੍ਰਧਾਨ ਮੰਤਰੀ ਤੁਹਾਡੀ ਪ੍ਰੈਫਰੈਂਸ ਕੀ ਰਹਿਣਗੀਆਂ ਜੀ ਸ਼ਤਾਬਦੀ ਆ ਰਹੀ ਹੈ ਨਵੰਬਰ ਮਹੀਨੇ ਵਿੱਚ ਸ਼੍ਰੋਮਣੀ ਕਮੇਟੀ ਦੀ ਸ਼ਤਾਬਦੀ ਹੈ ਜੀ ਭਗਤ ਨਾਮਦੇਵ ਜੀ ਦੀ ਸ਼ਤਾਬਦੀ ਹੈ ਜੀ ਬੰਦੀ ਛੋੜ ਦੀ ਸ਼ਤਾਬਦੀ ਹੈ ਜੀ ਕਿਸ ਤਰੀਕੇ ਦੇ ਨਾਲ ਬਣਾਈ ਸੋ ਅਸੀਂ ਜੇ ਦੇਖੋ ਜਿਸ ਤਰ੍ਹਾਂ ਗੁਰੂ ਦੀ ਕਿਰਪਾ ਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਹਰ ਸ਼ਤਾਬਦੀ ਮਨਾਈ ਗਈ ਹੈ ਬਹੁਤ ਹੀ ਧੂਮਧਾਮ ਹੈ ਵੱਡੀ ਜਿਹੜੀ ਹੈ ਪੱਧਰ 'ਤੇ ਸਾਰੀ ਮਨਾਈ ਗਈ ਹੈ ਇਸੇ ਤਰ੍ਹਾਂ ਹੀ ਜਿਹੜੀਆਂ ਸ਼ਤਾਬਦੀਆਂ 3 ਸ਼ਤਾਬਦੀਆਂ ਆ ਰਹੀਆਂ ਨੇ ਔਰ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪ੍ਰਬੰਧ ਕਰਕੇ ਬੜੀ ਵੱਡੀ ਪੱਧਰ 'ਤੇ ਧੂਮਧਾਮ ਦੇ ਨਾਲ ਸ਼ਰਧਾ ਸਤਿਕਾਰ ਦੇ ਨਾਲ ਉਹ ਮਨਾਏ ਜਾਂਦੇ ਅਯੋਧਿਆ ਨੂੰ ਲੈ ਕੇ ਇੱਕ ਵਿਸ਼ੇਸ਼ ਜਿਹੜਾ ਵਿਰੋਧੀ ਧਿਰ ਜਿਹੜੇ ਕੁਛ ਮੈਂਬਰ ਸੀ ਜਿਹੜੇ ਉਹ ਅਸੀਂ ਪਾਸ ਕਰਤਾ ਮਤਾ ਪਾਸ ਕਰਤਾ ਜੋ ਭੌਰ ਸਾਹਿਬ ਨੇ ਗੱਲ ਕੀਤੀ ਸੀ ਔਰ ਉਹ ਪਾਸ ਕਰਤਾ ਕਿ ਜੋ ਜਿੱਦਾਂ ਦੇ ਗੱਲ ਕੀਤੀ ਨਵੀਂ ਟੀਮ ਨਵੇਂ ਚਿਹਰੇ ਦਿੱਤੇ ਗਏ ਆ ਜੋ ਸੀਨੀਅਰ ਵੀਰ ਪ੍ਰਧਾਨ ਤੋਂ ਲੈ ਕੇ ਅੰਤਰੀ ਕਮੇਟੀ ਮੈਂਬਰ ਨੇ ਨਵੇਂ ਚਿਹਰੇ ਦਿੱਤੇ ਗਏ ਉਸ ਟੀਮ ਬਾਰੇ ਕੀ ਕਹੋਗੇ ਬਹੁਤ ਵਧੀਆ ਟੀਮ ਬਣੀ ਆ ਦੇਖੋ ਸਾਡੇ ਵਿੱਚ ਬਹੁਤ ਪੜ੍ਹੇ ਲਿਖੇ ਨੇ ਸਾਰੇ ਸੀਨੀਅਰ ਮੀਤ ਪ੍ਰਧਾਨ ਜੀ ਦੇ ਬੜੇ ਤਜਰਬੇਕਾਰ ਨੇ ਸਾਡੇ ਮੀਤ ਪ੍ਰਧਾਨ ਜੀ ਅਤੇ ਜਨਰਲ ਸਕੱਤਰ ਸਾਡੇ ਲਾ ਗ੍ਰੈਜੂਏਟ ਨੇ ਅਤੇ ਇਸ ਤਰ੍ਹਾਂ ਸਾਰੀ ਟੀਮ ਜਿਹੜੀ ਹੈ ਬਹੁਤ ਵਧੀਆ ਟੀਮ ਬਣੀ ਹੈ ਮੈਨੂੰ ਬੜੀ ਆਸ ਹੈ ਕਿ ਅਸੀਂ ਹੋਰ ਵੀ ਵਧੀਆ ਤਰੀਕੇ ਦੇ ਨਾਲ ਜਿਹੜਾ ਸਾਰਾ ਸੁਚਾਰੂ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਕਾਰਜ ਨੇ ਉਹ ਕਰਾਂਗੇ ਅਯੋਧਿਆ ਦਾ ਕੀ ਮਤਾ ਜਿਹੜਾ ਪਾਸ ਕੀਤਾ ਗਿਆ ਅਯੋਧਿਆ ਦਾ ਇਹ ਸੀ ਕਿ ਇੱਕ ਤਾਂ ਕਲਕੱਟ ਨਾਂ ਦਿੱਤਾ ਉਹਨਾਂ ਨੇ ਅਤੇ ਉਹ ਦਿੱਤਾ ਗਿਆ ਪੰਥ ਉਹਦੇ ਨਾਲ ਨਹੀਂ ਮਿਲਦਾ ਸਾਡੀ ਸਿੱਖ ਕੌਮ ਵੱਖਰੀ ਕੌਮ ਹੈ ਔਰ ਕਿਸ ਤਰ੍ਹਾਂ ਭਰਮ ਭੁਲੇਖੀ ਪਾਏ ਜਾ ਰਹੇ ਨੇ ਉੱਥੇ ਬਾਕੀ ਸਾਰੇ ਸਿੰਘ ਸਾਹਿਬ ਕਲੀਅਰ ਕਰ ਦੇਣਗੇ ਉਹ ਇਤਿਹਾਸਕਾਰ ਕਰਨਗੇ ਸਾਰੀਆਂ ਉਹ ਭੁਲੇਖੇ ਦੂਰ ਕਰ ਦੇਣ ਪ੍ਰਧਾਨ ਜੀ ਲੰਮੇ ਸਮੇਂ ਤੋਂ ਸਿੱਖਾਂ ਦੀ ਵੱਖਰੀ ਹੋਣ ਦੇ ਉੱਤੇ ਓਬਜੈਕਸ਼ਨ ਲਾਏ ਜਾ ਰਹੇ ਨੇ ਖਾਸ ਕਰ RSS ਵੱਲੋਂ ਅਤੇ ਹੋਰ ਗੈਰ ਸਿੱਖ ਜਥੇਬੰਦੀਆਂ ਵੱਲੋਂ ਇਹਨੂੰ ਬਚਾਉਣ ਵਾਸਤੇ ਅਸੀਂ ਕੀ ਕਰ ਰਹੇ ਬਿਲਕੁਲ ਅਸੀਂ ਦੇਖੋ ਪਹਿਲਾਂ ਵੀ ਹਮੇਸ਼ਾ ਸਾਡਾ ਹਮੇਸ਼ਾ ਅਸੀਂ ਬਹੁਤ ਉੱਚੀ ਆਵਾਜ਼ ਬੁਲੰਦ ਕਰੀ ਹੈ ਸਿੱਖਾਂ ਦੀ ਜਿਹੜੀ ਹੈ ਪ੍ਰਤੀਨਿਧਤਾ ਹੈਗੀ ਔਰ ਇਹ ਵੱਖਰੀ ਕੌਮ ਹੈਗੀ ਇਹਦੇ ਲਈ ਹਮੇਸ਼ਾ ਅਸੀਂ ਤੰਦਰੁਸਤ ਰਹਾਂਗੇ ਔਰ ਇਹਦੇ ਲਈ ਜੋ ਵੀ ਯਤਨ ਹੋਣਗੇ ਪੂਰੇ ਯਤਨ ਅਸੀਂ ਸਰਕਾਰ ਦਾ ਕਰਾਂਗੇ ਕੀ ਪਾਸ ਰਹੇਗਾ ਜੀ ਜਿਵੇਂ ਪੰਜਾਬੀ ਬੋਲੀ ਦਾ ਅਸੀਂ ਜਿਹੜਾ ਪੰਜਾਬ ਦੇ ਵਿੱਚ ਵੀ ਅਤੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਵੀ ਉਹਨੂੰ ਜਿਹੜਾ ਪੰਜਾਬੀ ਬੋਲੀ ਦਾ ਵਿਕਾਸ ਹੋਣਾ ਚਾਹੀਦਾ ਉਹ ਮਤ ਕੀਤਾ ਇੱਕ ਨਸਲੀ ਕੁਸ਼ੀ ਜਿਹੜੀ ਸਿੱਖਾਂ ਦੀ ਹੋਈ ਹੈ ਦਿੱਲੀ ਦੇ ਵਿੱਚ ਕਤਲੇਆਮ ਹੋਏ ਨੇ ਜਿਹੜੇ ਉਹਨਾਂ ਦੇ ਸਜ਼ਾਵਾਂ ਪੇਸ਼ ਤਾਂ ਬਹੁਤ ਸੱਜਣ ਕੁਮਾਰ ਅੰਦਰ ਹੋਇਆ ਬਾਕੀ ਵੀ ਜਿਹੜੇ ਰਹਿੰਦੇ ਨੇ ਕਾਤਲ ਉਹਨਾਂ ਨੂੰ ਅੰਦਰ ਕੀਤਾ ਜਾਵੇ ਔਰ ਇਸ ਤਰ੍ਹਾਂ ਜਿਹੜਾ ਕਾਲੀ ਸੂਚੀ ਹੈ ਔਰ ਉਹ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਬਹੁਤ ਸਾਰੇ ਬੰਦਿਆਂ ਦੀ ਕਾਲੀ ਸੂਚੀ ਖਤਮ ਕਰਤੀ ਜਿਹੜੇ ਹੋਰ ਵੀ ਸਾਰੇ ਰਹਿੰਦੇ ਨੇ ਅਤੇ ਉਹ ਵੀ ਸਕੀਲ ਕਰਾਂਗੇ ਬਾਕੀ ਅਸੀਂ 51 ਕਮੇਟੀ ਬਣਾਵਾਂਗੇ ਔਰ ਜਿਹੜੀ ਸਾਰੇ ਦੇਸ਼ ਵਿਦੇਸ਼ਾਂ ਦੇ ਮਾਮਲੇ ਨੇ ਜਿਹੜੇ ਸਿੱਖਾਂ ਸੰਬੰਧਿਤ ਨੇ ਉਹ ਸਾਰੀ ਵਿਚਾਰੇਗੀ ਕਿਹੜੇ ਕਿਹੜੇ ਕੰਮ ਹੋਣਗੇ ਜਿਹਨਾਂ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਏਗਾ ਦੇਖੋ ਇੱਕ ਤਾਂ ਧਰਮ ਪ੍ਰਚਾਰ ਦੀ ਗੱਲ ਹੈ
ਦੂਸਰਾ ਸ਼ਤਾਬਦੀਆਂ ਆ ਰਹੀਆਂ ਨੇ ਉਹ ਕਿੰਨੇ ਹੋਣਗੀਆਂ, ਚਾਹੇ ਸਾਡੇ ਵਿੱਦਿਆ ਦਾ ਜਿਹੜਾ ਮਿਆਰ ਹੈਗਾ ਅਸੀਂ ਉਹਨੂੰ ਉੱਚਾ ਚੁੱਕਾਂਗੇ ਤਾਂ ਕਿ ਵਿੱਦਿਆ ਦੇ ਸਾਡੇ ਕਾਲਜ ਸਕੂਲ ਨੇ ਉਹਨੂੰ ਵਧੀਆ ਤਰੀਕੇ ਨਾਲ ਚਲਾਇਆ ਜਾਵੇ, IAS PCS ਜਿਹੜੇ ਬੱਚੇ ਨੇ ਉਹ ਬਣਨ, ਉਸ ਤਰ੍ਹਾਂ ਦੀਆਂ ਅਸੀਂ ਅਕੈਡਮੀ ਵੀ ਜਿਹੜੀ ਖੋਲ੍ਹਾਂਗੇ ਤਾਂ ਕਿ ਉੱਥੇ ਸਾਰੇ ਬੱਚੇ ਨੇ ਸਾਡੇ ਸਿੱਖਣ ਬੱਚੇ ਨੇ ਉਹ ਅਕੈਡਮੀ ਤੋਂ ਲੈ ਕੇ ਟ੍ਰੇਨਿੰਗ ਲੈ ਕੇ ਅੱਗੇ ਵੱਧ ਸਕਣ। ਸੰਸਥਾਵਾਂ ਨੇ ਆਪਣੇ ਆਪ 'ਚ ਇੱਕ ਅਹਿਮ ਨੇ ਸ਼੍ਰੋਮਣੀ ਕਮੇਟੀ ਦੀਆਂ, ਕਿਉਂਕਿ ਕਾਫੀ ਜ਼ਿਆਦਾ ਤਾਦਾਦ ਵਿੱਚ ਹੋ ਚੁੱਕੀਆਂ ਨੇ, ਇਹਦਾ ਮਿਆਰ ਉੱਚਾ ਚੁੱਕਣ ਦੇ ਲਈ ਇਹਨੂੰ ਮਾਡਲ ਬਣਾਉਣ ਦੇ ਲਈ ਸ਼੍ਰੋਮਣੀ ਕਮੇਟੀ ਕੋਈ ਵਿਸ਼ੇਸ਼ ਉਪਰਾਲੇ ਕਰੇਗੀ? ਬਿਲਕੁਲ ਕਰੇਗੀ, ਉਹੀ ਪਹਿਲਾਂ ਮੈਂ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਸਾਲ ਜਿਹੜਾ ਵਿੱਦਿਆ ਦੇ ਵੱਲ ਖਾਸ ਧਿਆਨ ਦਿੱਤਾ ਜਾਵੇਗਾ, ਐਸੀ ਇੱਕ ਮਾਹਰਾਂ ਦੀ ਕਮੇਟੀ ਬਣਾਵਾਂਗੇ ਜਿਹੜੀ ਵੀ ਕਿਸ ਤਰ੍ਹਾਂ ਇਹਦੇ ਵਿੱਚ ਹੋਰ ਵਧੀਆ ਸੁਧਾਰ ਲਿਆਉਂਦਾ ਜਾਵੇ, ਉਹ ਵਿਸ਼ੇਸ਼ ਉਪਰਾਲੇ ਜਿਹੜੇ ਨੇ ਵਿੱਦਿਆ ਦੇ ਵੱਲ ਧਿਆਨ ਦੇ ਕੇ ਅਸੀਂ ਕਰਾਂਗੇ ਤਾਂ ਕਿ ਸਾਡੇ ਸਕੂਲ ਕਾਲਜ ਦਾ ਮਿਆਰ ਉੱਚਾ। ਪ੍ਰਧਾਨ ਜੀ, ਪ੍ਰਧਾਨ ਜੀ ਭ੍ਰਿਸ਼ਟਾਚਾਰ ਉੱਠ ਰਹੇ ਨੇ ਕਿ ਭ੍ਰਿਸ਼ਟਾਚਾਰ ਬਹੁਤ ਵੱਧਦਾ ਜਾ ਰਿਹਾ, ਇਹਨੂੰ ਰੋਕਣ ਵਾਸਤੇ ਕੀ ਕਰੂੰਗਾ? ਦੇਖੋ, ਕੁਝ ਸਾਡੇ ਨਾਲ ਦੁੱਖ ਹੀ ਨੇ ਜੋ ਸੁਣ ਕਮੇਟੀ ਦੀ ਹਮੇਸ਼ਾ ਉਹਨਾਂ ਨੇ ਕੋਈ ਪੋਜੀਟਿਵ ਗੱਲ ਨਹੀਂ ਪਾਉਣੀ ਜੋ ਸਿੱਖ ਕੌਮ ਦੇ ਵਾਸਤੇ ਕਰ ਰਹੀਆਂ ਨੇ, ਅਸੀਂ ਕੰਮ ਕਰਦੇ ਹਾਂ ਉਹ ਗੱਲਾਂ ਤਾਂ ਬਿਲਕੁਲ ਨਹੀਂ ਪਾਉਣੀਆਂ, ਉਹ ਵੀ ਸੋਸ਼ਲ ਮੀਡੀਆ 'ਤੇ ਅਜਿਹੀਆਂ ਗੱਲਾਂ ਪਾਈਆਂ ਜਾਂਦੀਆਂ ਨੇ ਜਿਹੜੀਆਂ ਬੇਬੁਨਿਆਦ ਨੇ ਔਰ ਜਿਹਦੇ ਵਿੱਚ ਕੋਈ ਔਰ ਮੈਂ ਕਹਿੰਦਾ ਸੱਚਾਈ ਨਹੀਂ ਹੈ। ਸਾਡਾ ਪੂਰਾ ਪਾਰਦਰਸ਼ੀ ਢੰਗ ਨਾਲ ਹਰ ਸਿਸਟਮ ਚੱਲਦਾ, ਭਾਵੇਂ ਉਹ ਲੰਗਰ ਦਾ ਸਿਸਟਮ ਹੋਵੇ, ਭਾਵੇਂ ਘਿਓ ਦਾ ਸਿਸਟਮ ਹੋਵੇ, ਭਾਵੇਂ ਟੈਂਟ ਲਾਏ ਨੇ, ਉਹ ਸਿਸਟਮ ਬਿਲਕੁਲ ਇੱਕ ਪੈਸੇ ਦੀ ਹੇਰ ਫੇਰ ਵੀ ਹੋ ਸਕਦਾ।